ਨਿਰਮਲ ਰਿਸ਼ੀ ਕਲਾ ਪੰਜਾਬੀ ਸਿਨੇਮਾ। ਪੰਜਾਬੀ ਅਦਾਕਾਰਾ ਨਿਰਮਲ ਰਿਸ਼ੀ ਪਦਮ ਸ਼੍ਰੀ ਨਾਲ ਸਨਮਾਨਿਤ। 80 ਸਾਲ ਦੀ ਉਮਰ ਚ ਮਿਲਿਆ ਮਿਹਨਤ ਦਾ ਫਲ। ਸੰਘਰਸ਼ ਭਰੀ ਰਹੀ ਨਿਰਮਲ ਰਿਸ਼ੀ ਦੀ ਜ਼ਿੰਦਗੀ। ਸਤਿ ਸ਼੍ਰੀ ਅਕਾਲ, ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਤੇ ਮੈਂ ਹਾਂ ਕਵਿਤਾ। ਮਾਨਸਾ ਦੇ ਪਿੰਡ ਦੀ ਇੱਕ ਨਿੱਕੀ ਕੁੜੀ, ਜਿਸਦੇ ਪੈਦਾ ਹੋਣ ਤੇ ਪਰਿਵਾਰ ਨੂੰ ਕੋਈ ਜ਼ਿਆਦਾ ਖੁਸ਼ੀ ਨਹੀਂ ਹੋਈ, ਕਿਉਂਕਿ ਉਹ ਘਰ ਦੇ ਵਿੱਚ ਆਉਣ ਵਾਲੀ ਤੀਜੀ ਧੀ ਸੀ। ਪਰਿਵਾਰ ਨੇ ਉਸਨੂੰ ਜਾਨੋ ਨਹੀਂ ਮਾਰਿਆ, ਪਰ ਜਿਵੇਂ ਇੱਕ ਨਿੱਕੇ ਬੱਚੇ ਦਾ ਖਿਆਲ ਰੱਖਿਆ ਜਾਂਦਾ ਹੈ, ਉਵੇਂ ਖਿਆਲ ਵੀ ਨਹੀਂ ਰੱਖਿਆ ਗਿਆ। ਦਾਦੇ ਨੇ ਤਾਂ ਇਸ ਕੁੜੀ ਨੂੰ ਪੱਥਰ ਵੀ ਦੱਸ ਦਿੱਤਾ ਸੀ ਅਤੇ ਨਾ ਹੀ 2-3 ਸਾਲ ਤੱਕ ਇਸਦਾ ਕੋਈ ਨਾਮ ਰੱਖਿਆ ਗਿਆ। ਪਰ ਇਹ ਨਿੱਕੀ ਜਵਾਕੜੀ ਦੀ ਕਿਸਮਤ ਤਾਂ ਕੁਝ ਹੋਰ ਹੀ ਕਹਿੰਦੀ ਸੀ। ਇਸਨੇ ਤਾਂ ਆਪ ਹੀ ਆਪਣੀ ਕਿਸਮਤ ਬਣਾਉਣੀ ਸੀ ਅਤੇ ਬਿਨਾਂ ਕਿਸੇ ਸਪੋਰਟ ਦੇ ਇਸਨੇ ਆਪਣੀ ਮਿਹਨਤ ਦੇ ਨਾਲ ਦੇਸ਼ ਦੇ ਵਿੱਚ ਨਾਮ ਰੋਸ਼ਨ ਕੀਤਾ ਪੰਜਾਬ ਦਾ, ਅਤੇ ਇਸਨੂੰ 80 ਸਾਲ ਦੀ ਉਮਰ ਦੇ ਵਿੱਚ ਪਦਮ ਸ਼੍ਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਨਿਰਮਲ ਰਿਸ਼ੀ ਦੀ, ਜਿਨ੍ਹਾਂ ਨੂੰ ਅੱਜ ਪਦਮ ਸ਼੍ਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ। ਉਹ ਫਰਸ਼ ਤੋਂ ਅਰਸ਼ ਤੱਕ ਕਿਵੇਂ ਪਹੁੰਚੇ ਨੇ, ਸੁਣੋ ਉਹਨਾਂ ਦੀ ਕਹਾਣੀ। ਨਿਰਮਲ ਰਿਸ਼ੀ ਮਾਨਸਾ ਜ਼ਿਲ੍ਹੇ ਨਾਲ ਸੰਬੰਧ ਰੱਖਦੇ ਨੇ। ਉਹਨਾਂ ਦੇ ਪਿਤਾ ਦਾ ਨਾਮ ਬਲਦੇਵ ਰਿਸ਼ੀ ਸੀ ਅਤੇ ਮਾਤਾ ਦਾ ਨਾਮ ਬਚਨੀ ਦੇਵੀ ਸੀ। ਉਹਨਾਂ ਦੇ ਪਿਤਾ ਪਿੰਡ ਦੇ ਸਰਪੰਚ ਸਨ। ਇਸ ਤੋਂ ਬਾਵਜੂਦ ਵੀ ਉਹਨਾਂ ਨੂੰ ਪਰਿਵਾਰ 'ਚ ਖਾਸ ਪਿਆਰ ਨਹੀਂ ਮਿਲਿਆ ਸੀ। ਉਹਨਾਂ ਨੇ ਸਕੂਲੀ ਪੜ੍ਹਾਈ ਆਪਣੇ ਫੁੱਫੜ ਕੋਲ ਰਹਿ ਕੇ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਤੋਂ ਕੀਤੀ। ਇਸ ਤੋਂ ਬਾਅਦ ਕਾਲਜ ਦੀ ਪੜ੍ਹਾਈ ਲਈ ਪਟਿਆਲਾ ਆਏ, ਜਿੱਥੇ ਫਿਜ਼ੀਕਲ ਐਜੂਕੇਸ਼ਨ ਦੀ ਪੜ੍ਹਾਈ ਕੀਤੀ। ਉਹ ਸਕੂਲ ਕਾਲਜ ਦੇ ਦਿਨਾਂ ਤੋਂ ਹੀ ਖੇਡਾਂ ਅਤੇ ਨਾਟਕਾਂ ਵਿੱਚ ਹਿੱਸਾ ਲੈਂਦੇ ਸਨ। ਫਿਰ 1966 ਦੇ ਕਰੀਬ ਉਹ ਪਟਿਆਲਾ ਵਿੱਚ ਹਰਪਾਲ ਟਿਵਾਣਾ ਹੋਰਾਂ ਨੂੰ ਮਿਲੇ ਅਤੇ ਰੰਗ ਮੰਚ ਦੀ ਰਸਮੀ ਟ੍ਰੇਨਿੰਗ ਸ਼ੁਰੂ ਕਰ ਦਿੱਤੀ। ਹਰਪਾਲ ਟਿਵਾਣਾ ਹੋਰਾਂ ਨੇ ਲੌਂਗ ਦਾ ਲਿਸ਼ਕਾਰਾ ਫਿਲਮ ਬਣਾਈ ਸੀ, ਜੋ ਕਿ ਉਹਨਾਂ ਦੇ ਹੀ ਇੱਕ ਨਾਟਕ ਦਾ ਫਿਲਮੀਕਰਨ ਸੀ। 1983 ਦੇ ਵਿੱਚ ਇਸ ਫਿਲਮ ਜ਼ਰੀਏ ਨਿਰਮਲ ਰਿਸ਼ੀ ਨੂੰ ਸਿਨੇਮਾ ਦਾ ਪਹਿਲਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ। ਫਿਲਮ ਤਾਂ ਸੁਪਰਹਿੱਟ ਹੋਈ, ਨਿਰਮਲ ਰਿਸ਼ੀ ਦਾ ਨਿਭਾਇਆ ਹੋਇਆ ਕਿਰਦਾਰ ਗੁਲਾਬੋ ਮਾਸੀ ਵੀ ਇੰਨਾ ਹਿੱਟ ਹੋਇਆ ਕਿ ਨਿਰਮਲ ਰਿਸ਼ੀ ਨੂੰ ਇਸ ਕਿਰਦਾਰ ਕਰਕੇ ਜਾਣਿਆ ਜਾਣ ਲੱਗਿਆ ਸੀ। ਮਸ਼ਹੂਰ ਹੋਣ ਦੇ ਬਾਵਜੂਦ ਨਿਰਮਲ ਰਿਸ਼ੀ ਜੀ ਸਿਨੇਮਾ ਤੋਂ ਗਾਇਬ ਹੋ ਗਏ। ਕੁਝ ਸਮੇਂ ਬਾਅਦ ਉਹ ਵਾਪਸ ਤਾਂ ਆਏ, ਲੇਕਿਨ ਉਹ ਹਿੰਦੀ ਤੇ ਪੰਜਾਬੀ ਫਿਲਮਾਂ 'ਚ ਛੋਟੇ ਵੱਡੇ ਰੋਲ ਕਰਨ ਲੱਗ ਪਏ। ਫਿਰ 2015 ਦੇ ਵਿੱਚ ਜਦੋਂ ਉਹਨਾਂ ਨੇ ਅੰਗਰੇਜ਼ ਫਿਲਮ ਕੀਤੀ ਤਾਂ ਉਹ ਆਪਣੇ ਕਿਰਦਾਰ ਕਰਕੇ ਮੁੜ ਸੁਰਖੀਆਂ ਦੇ ਵਿੱਚ ਆ ਗਏ। ਉਹ 70 ਦੇ ਕਰੀਬ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੇ ਨੇ। ਉਹਨਾਂ ਨੂੰ ਸਾਲ 2012 ਦੇ ਵਿੱਚ ਸੰਗੀਤ ਨਾਟਕ ਅਕਾਦਮੀ ਐਵਾਰਡ ਵੀ ਮਿਲ ਚੁੱਕਿਆ ਹੈ। ਪੰਜਾਬੀ ਸਿਨੇਮਾ 'ਚ ਨਾ ਮਿਲਣ ਤੋਂ ਬਾਅਦ ਵੀ ਉਹਨਾਂ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਹ ਕਹਿੰਦੇ ਨੇ ਕਿ ਮੁੱਖ ਰੋਲ ਨਿਭਾਉਣ ਵਾਲੇ ਅਦਾਕਾਰਾਂ ਜਾਂ ਵੱਡੇ ਨਾਮਾਂ ਤੋਂ ਇਲਾਵਾ ਬਾਕੀ ਕਲਾਕਾਰਾਂ ਨੂੰ ਬਹੁਤੇ ਪੈਸੇ ਨਹੀਂ ਮਿਲਦੇ। ਖਾਸ ਕਰਕੇ ਮਹਿਲਾ ਅਦਾਕਾਰਾਂ ਨੂੰ ਫਿਲਮਾਂ ਰਿਲੀਜ਼ ਹੋਣ ਤੋਂ ਬਾਅਦ ਤੱਕ ਵੀ ਮੰਗਤਿਆਂ ਵਾਂਗ ਆਪਣੇ ਕੀਤੇ ਕੰਮ ਦੇ ਪੈਸੇ ਮੰਗਣੇ ਪੈਂਦੇ ਨੇ। ਨਿਰਮਲ ਰਿਸ਼ੀ ਨੇ ਵਿਆਹ ਨਾ ਕਰਵਾਉਣ ਦਾ ਫੈਸਲਾ ਲਿਆ। ਉਹ ਅਕਸਰ ਕਹਿੰਦੇ ਹਨ ਕਿ ਉਹ ਹਮੇਸ਼ਾ ਤੋਂ ਇਕੱਲੇ ਰਹਿਣਾ ਚਾਹੁੰਦੇ ਸੀ ਅਤੇ ਆਪਣੀ ਜ਼ਿੰਦਗੀ ਆਪਣੇ ਮੁਤਾਬਕ ਆਪਣੇ ਪੈਰਾਂ 'ਤੇ ਖੜ੍ਹੇ ਹੋ ਕੇ ਜਿਉਣਾ ਚਾਹੁੰਦੇ ਸਨ। ਇੱਕ ਇੰਟਰਵਿਊ ਦੇ ਵਿੱਚ ਉਹਨਾਂ ਕਿਹਾ ਸੀ ਕਿ ਅੱਜ ਵੀ ਜਦੋਂ ਕਿਸੇ ਕੁੜੀ ਦੀ ਡੋਲੀ ਤੁਰਦੀ ਹੈ
ਤਾਂ ਉਹ ਇਹ ਸੋਚ ਕੇ ਬੇਹੱਦ ਨਿਰਾਸ਼ ਹੋ ਜਾਂਦੇ ਨੇ ਕਿ ਅੱਜ ਤੋਂ ਬਾਅਦ ਇਸ ਕੁੜੀ ਦਾ ਘਰ ਉਸ ਦੇ ਮਾਪਿਆਂ ਦਾ ਘਰ ਨਹੀਂ ਰਹਿਣਾ। ਇੰਨੀ ਸੰਘਰਸ਼ ਭਰੀ ਜ਼ਿੰਦਗੀ ਜਿਉਣ ਦੇ ਬਾਅਦ ਹੁਣ ਜਾ ਕੇ ਨਿਰਮਲ ਰਿਸ਼ੀ ਨੂੰ ਉਹਨਾਂ ਦੀ ਮਿਹਨਤ ਦਾ ਫਲ ਮਿਲਿਆ। ਹੁਣ ਕੋਈ ਵੀ ਪੰਜਾਬੀ ਫਿਲਮ ਉਹਨਾਂ ਦੇ ਕਿਰਦਾਰ ਤੋਂ ਬਿਨਾਂ ਅਧੂਰੀ ਜਿਹੀ ਲੱਗਦੀ ਹੈ। ਪੰਜਾਬ ਦੇ ਲੋਕ ਵੀ ਉਹਨਾਂ ਨੂੰ ਪਰਦੇ 'ਤੇ ਵੇਖਣਾ ਪਸੰਦ ਕਰਦੇ ਨੇ ਅਤੇ ਹੁਣ ਉਹ ਹਰ ਪੰਜਾਬੀ ਫਿਲਮ ਦੇ ਵਿੱਚ ਕਿਸੇ ਨਾ ਕਿਸੇ ਕਿਰਦਾਰ ਦੇ ਵਿੱਚ ਨਜ਼ਰ ਜ਼ਰੂਰ ਆਉਂਦੇ ਨੇ। ਤੁਸੀਂ ਵੀ ਉਹਨਾਂ ਦੀ ਇਸ ਕਾਮਯਾਬੀ 'ਤੇ ਕਮੈਂਟ ਕਰਕੇ ਆਪਣੀ ਵਧਾਈ ਜ਼ਰੂਰ ਦਿਓ ਅਤੇ ਹੋਰ ਖਬਰਾਂ ਦੇ ਲਈ ਜੁੜੇ ਰਹੋ ਹਮਦਰਦ ਟੀਵੀ ਦੇ ਨਾਲ।